ਹੋਵੇ ਲਾਈਫ। ਚਲੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੰਡੇ ਲਾਈਵ ਫੇਸਬੁੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ, ਨਿੱਘਾ ਸਵਾਗਤ ਜੀ ਆਇਆਂ ਨੂੰ। ਪਿਛਲੇ ਵੀਕ ਟੈਕਨੀਕਲ ਪ੍ਰੋਬਲਮ ਕਰਕੇ ਪਲੱਸ ਥੋੜ੍ਹੀ ਜਿਹੀ ਸਿਹਤ ਨਾ ਠੀਕ ਹੋਣ ਕਰਕੇ ਲਾਈਵ ਨਹੀਂ ਹੋ ਸਕਿਆ। ਸੋ ਪਿਛਲੀ ਵਾਰ ਲਾਈਵ ਨਾ ਹੋਣ ਕਰਕੇ ਸਾਰਿਆਂ ਨੂੰ ਮਾਫੀ। ਅੱਜ ਵਾਅਦੇ ਮੁਤਾਬਕ ਫਿਰ ਤੁਹਾਡੇ ਨਾਲ ਲਾਈਵ ਹਾਜ਼ਰ ਹਾਂ। ਅੱਜ ਦਾ ਜਿਹੜਾ ਮੈਸੇਜ ਜਾਂ ਪੋਸਟ ਜਿਹੜੀ ਪਾਏਗੀ, ਟੋਪਿਕ ਜਿਹੜਾ ਪਾਇਆ ਗਿਆ, ਬੜਾ ਇੰਪੋਰਟੈਂਟ ਟੋਪਿਕ ਹੈ, ਸਟੱਡੀ ਗੈਪ। ਸੋ ਦੋਸਤੋ, ਆਪ ਜਿਹੜੇ ਵੀਡੀਓ ਵੇਖ ਰਹੇ ਨੇ ਜਾਂ ਜਿਹੜੇ ਲੇਟਰ ਔਨ ਵੀਡੀਓ ਵੇਖਣਗੇ, ਜੇ ਤੁਹਾਨੂੰ ਸਾਰਿਆਂ ਨੂੰ ਇਹ ਵਾਲਾ ਟੋਪਿਕ ਪਸੰਦ ਆ ਜਾਂ ਇਹ ਵਾਲੀ ਇਨਫੋਰਮੇਸ਼ਨ ਚੰਗੀ ਲੱਗਦੀ ਹੈ, ਤਾਂ ਕਾਇੰਡਲੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਲਾਈਵ ਸਵਾਲ ਤੁਹਾਡੇ ਨਾਲ ਲਵਾਂਗੇ। ਜੇ ਤੁਹਾਡਾ ਕਿਸੇ ਦਾ ਸਟੱਡੀ 'ਚ ਗੈਪ ਪੈ ਚੁੱਕਾ, ਇੱਕ ਸਾਲ ਤੋਂ ਲੈ ਕੇ 10 ਸਾਲ ਤੱਕ ਦਾ ਜਾਂ 12 ਸਾਲ ਤੱਕ ਦਾ, ਤੁਸੀਂ ਮੇਰੇ ਨਾਲ ਲਾਈਵ ਜੁੜ ਕੇ ਸਵਾਲ ਪੁੱਛ ਸਕਦੇ ਹੋ ਕਿ ਉਸ ਗੈਪ ਨੂੰ ਜਸਟੀਫਾਈ ਕਿਵੇਂ ਕਰ ਸਕਦੇ ਹੋ। ਅੱਜ ਮੈਂ ਡਿਫਾਈਨ ਕਰਾਂਗਾ, ਡੈਫੀਨੇਸ਼ਨ ਦੱਸਾਂਗਾ ਵੀ ਗੈਪ ਹੁੰਦਾ ਕੀ ਹੈ। ਐਂਡ ਬੜਾ ਹਾਸਾ ਵੀ ਹੁੰਦਾ ਜਦੋਂ ਸਟੂਡੈਂਟ ਸਾਹਮਣੇ ਬੈਠਾ ਹੁੰਦਾ ਸਲਾਹ ਲੈਣ ਦੀ, ਅਤੇ ਉਹ ਆਪਣੇ ਆਪ ਸਵਾਲ ਵੀ ਕਰਦਾ, ਆਪਣੇ ਆਪ ਜਵਾਬ ਵੀ ਦੇ ਜਾਂਦਾ ਵੀ ਭਾਅ ਜੀ ਮੇਰਾ 3 ਸਾਲ ਦਾ ਗੈਪ ਹੈ, ਫਿਰ ਮੈਂ ਆਹ ਬਣਾਉਣਾ ਜਾਂ ਮੈਂ ਐਕਸਪੀਰੀਅੰਸ ਬਣਾਉਣਾ ਜਾਂ ਮੈਂ ਆਹ ਸ਼ੋਅ ਕਰਾ ਦੇਣਾ। ਉਹ ਮਤਲਬ ਪੁੱਠੇ ਚੱਕਰਾਂ 'ਚ ਪੈ ਕੇ ਆਪਣਾ ਟਾਈਮ ਸਮਾਂ ਖਰਾਬ ਤਾਂ ਕਰਦਾ, ਬਟ ਅੰਬੈਸੀ 'ਚ ਆਪਣੀ ਕ੍ਰੈਡੀਬਿਲਟੀ ਵੀ ਖਰਾਬ ਕਰ ਲੈਂਦਾ ਫੇਕ ਪੇਪਰ ਲਗਾ ਕੇ। ਸੋ ਸਟੱਡੀ ਗੈਪ ਹੈ ਤੁਹਾਡਾ, ਤੁਸੀਂ ਫਿਰ ਵੀ ਕਿਸੇ ਕੰਟਰੀ ਪੜ੍ਹਨ ਜਾਣਾ ਚਾਹੁੰਦੇ ਹੋ, ਉਹ ਗੈਪ ਹੁੰਦਾ ਕੀ ਹੈ, ਉਸ ਗੈਪ ਨੂੰ ਤੁਸੀਂ ਜਸਟੀਫਾਈ ਕਿਵੇਂ ਕਰ ਸਕਦੇ ਹੋ, ਉਹਦੇ ਨਾਲ ਮੇਰੇ ਨਾਲ ਲਾਈਵ ਜੋੜ ਕੇ ਸਵਾਲ ਪੁੱਛ ਸਕਦੇ ਹੋ। ਐਂਡ ਵੀਡੀਓ ਚੰਗੀ ਲੱਗੇ, ਵੀਡੀਓ ਸ਼ੇਅਰ ਜ਼ਰੂਰ ਕਰਨਾ। ਜਿੰਨੇ ਵੀ ਜਿਹੜੇ ਇਸ ਟਾਈਮ ਵੀਡੀਓ ਵੇਖ ਰਹੇ